ਪੰਜਾਬੰਦੀ ਕਾਲ ਦਾ ਰਲਿਆ ਮਿਲਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਬਾਜ਼ਾਰ ਆਮ ਵਾਂਗ ਖੁੱਲੇ ਨੇ, ਹਾਲਾਂਕਿ ਕਈ ਥਾਵਾਂ ਤੇ ਜ਼ਬਰਨ ਦੁਕਾਨਾਂ ਵੀ ਬੰਦ ਕਰਵਾਈਆਂ ਗਈਆਂ। ਜ਼ਿਆਦਾਤਰ ਅਸਰ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਸੂਰੀ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਹੋਇਆ ਸੀ। ਬਾਕੀ ਸ਼ਹਿਰਾਂ ਦੇ ਵਿੱਚ ਰਲਿਆ ਮਿਲਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਕਈ ਸ਼ਹਿਰਾਂ ਦੇ ਵਿੱਚ ਹਿੰਦੂ ਸੰਗਠਨਾਂ ਨਾਲ ਜੁੜੇ ਲੋਕਾਂ ਵੱਲੋਂ ਪ੍ਰਦਰਸ਼ਨ ਵੀ ਹੋ ਰਹੇ ਨੇ। ਕਈ ਥਾਵਾਂ ਤੇ ਜ਼ਬਰਨ ਦੁਕਾਨਾਂ ਬੰਦ ਕਰਵਾਉਣ ਦੀ ਕੋਸ਼ਿਸ਼ ਵੀ ਹੋਈ ਹੈ, ਜਿਨ੍ਹਾਂ ਨੂੰ ਪੁਲਿਸ ਵੱਲੋਂ ਰਾਊਂਡ ਅਪ ਵੀ ਕੀਤਾ ਗਿਆ। ਬਠਿੰਡਾ 'ਚ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਸੰਜੀਵ ਕਨੌਲੀ ਨੂੰ ਪੁਲਿਸ ਨੇ ਅੰਮ੍ਰਿਤਸਰ ਜਾਣ ਤੋਂ ਰੋਕ ਲਿਆ। ਸੰਜੀਵ ਕਨੌਲੀ ਨੇ ਸੁਧੀਰ ਸੂਰੀ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਜਾਣਾ ਸੀ। ਜਿਹੜੇ ਕੱਲ ਅੰਮ੍ਰਿਤਸਰ ਦੇ ਮੇ ਘਟਨਾ ਵਾਪਰੀ ਹੋਈ ਹੈ, ਉਸਦੇ ਸ਼ਾਮਲ ਹੋਣੇ ਕੇ ਲਈ ਸ਼ਿਵ ਸੈਨਾ ਲੀਡਰਸ ਨੇ ਬਠਿੰਡਾ ਤੋਂ ਅੰਮ੍ਰਿਤਸਰ ਜਾਣ ਲਈ ਪਲਾਨ ਕੀਤਾ ਸੀ। ਫਿਰ ਅਸੀਂ ਉਹਨਾਂ ਨੂੰ ਇੱਥੇ ਬਾਈ ਗੰਨੇ ਚੌਂਕ ਦੇ ਵਿੱਚ ਯਹਾਂ ਪੇ ਅਸੀਂ ਉਹਨਾਂ ਨੂੰ ਰੁਕਿਆ, ਕਿਉਂਕਿ ਅੰਮ੍ਰਿਤਸਰ ਦੇ ਵਿੱਚ ਫਿਲਹਾਲ ਜਿਹੜੇ ਜੋ ਹਾਲਾਤ ਹੈ ਉਹਦੇ ਅਸੀਂ ਮਾਨੀਟਰ ਕਰ ਰਹੇ ਨੇ। ਇਸ ਕਰਕੇ ਇਹਨਾਂ ਨੂੰ ਅਸੀਂ ਇੱਥੇ ਇਹ ਰਿਕੁਐਸਟ ਕੀਤੀ, ਜੋ ਜਾਮ ਲੱਗ ਗਿਆ ਪਹਿਲੇ ਮੈਨੂੰ ਜਾਮ ਚੁਕਵਾਇਆ, ਔਰ ਇਹਨਾਂ ਨਾਲ ਗੱਲਬਾਤ ਕਰਨ ਲਈ ਮੈਂ ਇਹਨਾਂ ਨੂੰ ਕੁਛ ਲੀਡਰਸ ਮੈਂ ਲੈ ਕੇ ਜਾ ਰਹੇ ਹਾਂ। ਕੁਛ ਬੰਦੇ ਨਾਲ ਅਸੀਂ ਕੰਟੇਨ ਕੀਤੇ ਹੋਏ ਨੇ ਇੱਥੇ, ਫਿਰ ਬਾਕੀ ਇਹਨਾਂ ਨਾਲ ਨੈਗੋਸ਼ੀਏਟ ਕਰਾਂਗੇ ਆਗੇ। ਮੇਰੇ ਬੇਨਤੀ ਹੈ, ਸਾਰਿਆਂ ਨੂੰ ਬੇਨਤੀ ਹੈ, ਇਸੀ ਹਾਲਾਤ ਦੇ ਵਿੱਚ ਆਪਾਂ ਅਮਨ ਸ਼ਾਂਤੀ ਨੂੰ ਮੇਨਟੇਨ ਕਰਨਾ ਔਰ ਇੱਕ ਦੂਸਰਾ ਨੂੰ ਸਹਿਯੋਗ ਕਰਨਾ। ਬਈ ਲੋ ਐਂਡ ਆਰਡਰ ਪੂਰਾ ਮੇਨਟੇਨ ਆ। ਦੇਖੋ ਜੀ, ਇੰਨੀ ਫੋਰਸ ਹੋਣ ਦੇ ਬਾਅਦ ਜਦ ਸੀਪੀ ਏਸੀਪੀ ਸਾਹਿਬ ਉੱਥੇ ਮੌਜੂਦ ਹੋਵੇ, ਚਾਰ ਜਿਹੜੇ ਐਸ ਐਸ ਓ ਉਹਦੇ ਮੀਡੀਆ ਦੇ ਹੁੰਦੇ ਉੱਥੇ ਮਾਰ ਕੇ, ਤੁਸੀਂ ਆਪ ਦੇਖੋ ਨਾ ਲੋ ਐਂਡ ਆਰਡਰ ਹੈ ਕਿੱਥੇ ਹੈ। ਮੇਰੇ ਕੋਲ ਤਾਂ ਹੈ ਹੀ ਨਹੀਂ, ਸਮਝ ਨਹੀਂ ਆਉਂਦੀ ਵੀ ਕਿਸ ਚੀਜ਼ ਦੇ ਉੱਪਰ ਕਿਆ ਚੀਜ਼ ਹੈ। ਵੀ ਇੱਕ ਬੰਦਾ ਸਾਰੇ ਆਵਾਂ ਕੇ ਇੰਨੀ ਪੁਲਿਸ ਫੋਰਸ ਕਰੀ ਹੋਵੇ, ਮੀਡੀਆ ਉੱਥੇ ਹੋਵੇ, ਉਹਦੇ ਸਾਹਮਣੇ ਆ ਕੇ ਗੋਲੀ ਮਾਰ ਦਿੱਤੀ, ਤਾਂ ਲੋ ਐਂਡ ਆਰਡਰ ਹੈ ਹੀ ਨਹੀਂ ਪੰਜਾਬ ਦੇ। ਜਿਹੜੇ ਹਿੰਦੂ ਹਿਰਦੇ ਸਮਰਾਟ ਸੁਧੀਰ ਸੂਰੀ ਜੀ, ਜਿਨ੍ਹਾਂ ਨੂੰ ਨਿਰਮਮ ਹੱਤਿਆ ਕੱਲ੍ਹ ਉਹਨਾਂ ਦੀ ਕਰ ਦਿੱਤੀ ਗਈ ਸੀਗੀ, ਜਦੋਂ ਬੜੇ ਸ਼ਾਂਤੀਪੂਰਨ ਤਰੀਕੇ ਨਾਲ ਉਹ ਆਪਣਾ ਪ੍ਰੋਟੈਸਟ ਕਰ ਰਹੇ ਸੀਗੇ, ਉਦੋਂ ਉਹਨਾਂ ਨੂੰ ਬੈਠੇ ਬੈਠੇ ਹੀ ਗੋਲੀਆਂ ਮਾਰ ਦਿੱਤੀਆਂ, ਜਦਕਿ ਉਹਨਾਂ ਨੇ ਕੋਈ ਕਿਸੇ ਨੂੰ ਕੁਛ ਬੁਰਾ ਨਹੀਂ ਕਿਹਾ, ਕਿਸੇ ਨੂੰ ਕੁਛ ਮਾੜਾ ਨਹੀਂ ਕਿਹਾ ਉਹਨਾਂ ਨੇ। ਉਸਦੇ ਰੋਸ ਸਰੂਪ ਅੱਜ ਤਾਂ ਕਰਕੇ ਕੀਤਾ ਗਿਆ ਕਿਉਂਕਿ ਪ੍ਰਸ਼ਾਸਨ ਜਿਹੜਾ ਇਸ ਟਾਈਮ ਔਰ ਜਿਹੜਾ ਸਰਕਾਰਾਂ ਜਿਹੜੀਆਂ ਇਸ ਟਾਈਮ ਹਿੰਦੂਆਂ ਨੂੰ ਲੈ ਕੇ ਬਿਲਕੁਲ ਗਲਤ ਹੋ ਰਹੀਆਂ। ਇਹ ਕਿਉਂਕਿ ਅੰਮ੍ਰਿਤਪਾਲ ਵਰਗੇ ਜਿਹੜੇ ਇੱਥੇ ਪਨਪ ਰਹੇ ਨੇ, ਅੱਤਵਾਦੀ ਪਨਪ ਰਹੇ ਨੇ, ਗੈਂਗਸਟਰ ਪਨਪ ਰਹੇ ਨੇ, ਹਿੰਦੂਆਂ ਨੂੰ ਮਾਰ ਰਹੇ ਨੇ, ਲੇਕਿਨ ਇਹਨਾਂ ਦੇ ਜ਼ੁਬਾਨਾਂ ਦੇ ਵਿੱਚੋਂ ਇੱਕ ਬਿਆਨ ਤੱਕ ਨਹੀਂ ਨਿਕਲਦਾ। ਜਿਹੜੀ ਹਿੰਦੂ ਸੰਗਠਨਾਂ ਵੱਲੋਂ ਇੱਕ ਮਾਰਚ ਕੀਤਾ ਗਿਆ ਉਹਦੇ ਸੰਬੰਧ ਵਿੱਚ ਪੂਰੀ ਪੁਲਿਸ ਨੇ ਸੁਰੱਖਿਆ ਪ੍ਰਬੰਧ ਪੂਰੇ ਕੀਤੇ ਹੋਏ ਆ, ਅਤੇ ਲੋਕਾਂ ਨੂੰ ਸਾਡੀ ਅਪੀਲ ਹੈ ਕਿ ਕੋਈ ਵੀ ਹੁੱਲੜਬਾਜ਼ੀ ਤੋਂ ਪਰਹੇਜ਼ ਕੀਤਾ ਜਾਵੇ ਅਤੇ ਅਮਨ ਅਮਾਨ ਮੇਨਟੇਨ ਕੀਤਾ ਜਾਵੇ। ਸ਼ਹਿਰ ਵਿੱਚ ਕਿੰਨੀ ਫੋਰਸ ਲਗਾਈ ਗਈ ਜੀ? ਉਹ 100 ਤੋਂ ਵੱਧ ਬੰਦੇ ਲਾਏ ਗਏ ਆ, ਵੱਖਰੇ ਵੱਖਰੇ ਥਾਣਿਆਂ ਤੋਂ ਫੋਰਸ ਲਗਾਈ ਗਈ ਹੈ, ਪੁਲਿਸ ਪੂਰਾ ਮੇਨਟੇਨ ਕਰ ਰਹੀ ਹੈ ਪੀਸ ਐਂਡ ਹਾਰਮਨੀ। ਬੰਦ ਵਿੱਚ ਲੋਕਾਂ ਨੇ ਦੁਕਾਨਾਂ ਬੰਦ ਕੀਤੀਆਂ ਹੋਈਆਂ ਆ ਮੋਦੀ, ਅਤੇ ਇਹ ਸ਼ਹਿਰ ਦੇ ਵਿੱਚ ਮਾਰਚ ਕਰ ਰਿਹਾ, ਜਿਹਦੇ ਸੰਬੰਧ ਵਿੱਚ ਪੁਲਿਸ ਨੇ ਪੂਰੇ ਆਪਣੇ ਸੁਰੱਖਿਆ ਪ੍ਰਬੰਧ ਕੀਤੇ ਹੋਏ। ਸ਼ਹਿਰ ਵਾਸੀਆਂ ਨੂੰ ਇਹੋ ਅਪੀਲ ਹੈ ਕਿ ਅਮਨ ਅਮਾਨ ਮੇਨਟੇਨ ਕੀਤਾ ਜਾਵੇ, ਕੋਈ ਵੀ ਹੁੱਲੜਬਾਜ਼ੀ ਤੋਂ ਕਿਸੇ ਵੀ ਸੋਸ਼ਲ ਮੀਡੀਆ 'ਤੇ ਰੂਮਰ ਤੋਂ ਬਚਿਆ ਜਾਵੇ।